ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਬਟਾਲਾ ਸ਼ਹਿਰ ਚ ਮਾਰਚ ਕਰ ਰਹੇ ਹਾਂ। ਬੀਜੇਪੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਦੁੱਖ ਦਿੱਤਾ, ਕੋਈ ਮੰਗ ਨੀ ਮੰਗੀ, ਕੋਈ ਕੁਛ ਨੀ ਕੀਤਾ, ਹੁਣ ਇਹ ਵੋਟਾਂ ਲੈਣ ਆ ਗਿਆ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਬੀਜੇਪੀ ਵਾਲੇ ਆ ਇਹ ਸਾਡੇ ਪਿੰਡਾਂ ਚ ਨਾ ਵੜਨ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਜੇ ਆਉਂਦੇ ਆ ਸਾਡੇ ਸਵਾਲਾਂ ਦਾ ਜਵਾਬ ਦਿਓ, ਜੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਸਹੀ ਦਿੰਦੇ ਜੀ ਤੇ ਅਸੀਂ ਠੀਕ ਆ, ਨਹੀਂ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ, ਅਸੀਂ ਵੋਟਾਂ ਨਹੀਂ ਪੈਣ ਦਾਂਗੇ। ਵਾਅਦੇ ਕੀਤੇ ਵਾਅਦੇ ਤੋਂ ਮੁਕਰ ਕੇ ਇਸ ਕਰਕੇ ਆਪਾਂ ਹਜ਼ਾਰਾਂ ਟਰੈਕਟਰ ਲੈ ਕੇ ਅੱਜ ਜਿਹੜੇ ਸ਼ਹਿਰਾਂ ਵਿੱਚ ਆ ਉਹ ਮਾਰਚ ਕਰ ਰਹੇ ਹਾਂ ਤੇ ਬੇਨਤੀ ਕਰ ਰਹੇ ਹਾਂ ਵੀ ਭਾਜਪਾ ਨੂੰ ਬਿਲਕੁਲ ਵੋਟਾਂ ਨਾ ਪਾਓ, ਕਿਉਂਕਿ ਜੇ ਭਾਜਪਾ ਆ ਗਈ ਇਹਨੇ ਸਾਡਾ ਬਹੁਤ ਨੁਕਸਾਨ ਕਰਨਾ। ਅੱਗੇ ਵੀ ਸਾਡੇ 750 ਕਿਸਾਨ ਦਿੱਲੀ ਅੰਦੋਲਨ 'ਚ ਸ਼ਹੀਦ ਕਰਤਾ ਸੀ ਤੇ ਹੁਣ ਸਾਡੇ ਜਿਹੜੇ ਕਿਸਾਨ ਆ ਫਿਰ ਦਿੱਲੀ ਨੂੰ ਜਾ ਰਹੇ ਸੀ ਤੇ ਜਿਹੜਾ ਸ਼ਾਂਤਮਈ ਢੰਗ ਨਾਲ ਜਾ ਰਹੇ ਸੀ, ਜਿਨ੍ਹਾਂ ਨੂੰ ਇਹਨਾਂ ਨੇ ਰਸਤੇ ਵਿੱਚ ਰੋਕ ਕੇ ਸਾਡਾ ਇੱਕ ਸੁੱਭ ਕਰਨ ਵੀਰ ਨੂੰ ਉੱਥੇ ਸ਼ਹੀਦ ਕੀਤਾ। ਇਹ ਕਹਿੰਦੇ ਦਿੱਲੀ ਸਾਡੀ ਆ ਤੇ ਪਿੰਡ ਦੇ ਸ਼ਹਿਰ ਸਾਡੇ ਆ, ਜਿਨ੍ਹਾਂ ਨੇ ਸਾਨੂੰ ਦਿੱਲੀ ਨਹੀਂ ਜਾ ਦਿੱਤਾ ਤਾਂ ਆਪਾਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨਾ। ਇਹ ਹਜ਼ਾਰਾਂ ਹੀ ਟਰੈਕਟਰ ਵਾ ਸਾਰੇ ਸ਼ਹਿਰ 'ਚ, 4 ਸਵੇਰੋਂ ਪਏ ਆ ਸਾਰੇ ਯੁੱਧ ਮੋਰਚੇ ਦੀ ਕਾਲ ਤੇ ਹਜ਼ਾਰਾਂ ਟਰੈਕਟਰ ਅੱਜ ਬਟਾਲੇ ਸ਼ਹਿਰ ਵਿੱਚ ਕਿਹੜੇ ਵੜੇ ਆ। ਪਰ ਹਰਿਆਣਾ ਸਰਕਾਰ ਨੇ ਰਾਜ ਬੈਰੀਕੇਡ ਲਾਏ ਹੋਏ ਤੇ ਕਿੱਲ ਲਾ ਤੇ ਸੜਕਾਂ ਤੇ ਗੱਡ ਤੇ, ਜਿਹੜਾ ਕਿ ਲੋਕਤੰਤਰ ਅਧਿਕਾਰ ਆ ਸਾਡਾ ਸੜਕ ਤੋਂ ਲੰਘਣਾ, ਪਰ ਉਹਨਾਂ ਸੜਕਾਂ ਵੀ ਜਿਹੜੀਆਂ ਨੇ ਉੱਥੇ ਬੰਦ ਕਰਤੀਆਂ ਨੇ, ਕੰਕਰੀਟ ਪਾ ਪਾ ਕੇ ਲਾ ਤੇ ਆ, ਉਹ ਸਵਾਲ ਆ। MSP ਕਿਉਂ ਨਹੀਂ ਦਿੱਤੀ ਉਹ ਸਵਾਲ ਆ, ਲਖੀਮਪੁਰ ਖੀਰੀ ਵਾਲਾ ਜਿਹੜਾ ਗੱਡੀ ਥੱਲੇ ਕੁਚਲ ਕੇ ਮਾਰੇ ਉਹ ਸਵਾਲ ਆ, ਬਾਕੀ ਹੋਰ ਏਦਾਂ ਹੀ 8-9-10 ਸਵਾਲ ਨੇ ਜਿਹੜੇ BJP ਨੂੰ ਪੁੱਛੇ ਜਾਣਗੇ। ਮਾਰਕੀਟ ਕਮੇਟੀਆਂ ਰੱਦ ਹੋ ਜਾਂਦੀਆਂ ਤੇ ਮੰਡੀ ਸਿਸਟਮ ਖਤਮ, ਉਹਦੇ 'ਚ ਲੇਬਰ ਜਿਹੜੀ ਕੰਮ ਕਰਦੀ ਉਹ ਖਤਮ, ਜਿਹੜੀ ਟਰਾਂਸਪੋਰਟ ਉਹ ਤੋਂ ਮਾਲ ਚੁੱਕ ਕੇ ਗੋਦਾਮਾਂ 'ਚ ਲਾਉਂਦੀ ਟਰਾਂਸਪੋਰਟ ਦਾ ਕੰਮ ਖਤਮ, ਫਿਰ ਆਰਤੀ ਸਿਸਟਮ ਖਤਮ ਹੋ ਜਾਏਗਾ। ਉਹਦਾ ਕਾਰਨ ਹੈ ਵੀ ਜੇ ਮੰਨ ਲਓ ਸਿੱਧਾ ਮਾਲ ਸੈਲੋਆਂ 'ਤੇ ਜਾਣ ਡਿਆ ਪੈਂਦਾ ਵਾ, ਜਿਹੜਾ ਛੋਟਾ ਜ਼ਿਮੀਂਦਾਰ ਆ ਵੇਖੋ ਉਹ ਆਪਣੇ ਘਰੋਂ ਪੈਸੇ ਲੈ ਕੇ ਫਸਲ ਨਹੀਂ ਬੀਜ ਸਕਦਾ, ਉਹਨੇ ਆਰਤੀ ਕੋਲ ਪਹਿਲਾਂ ਐਡਵਾਂਸ ਫੜ ਕੇ ਆਪਣੀ ਫਸਲ ਬੀਜ ਕੇ ਆਰਤੀ ਨੂੰ ਦੇ ਕੇ ਤੇ ਫੇਰ ਜਿਹੜਾ ਆਪਣਾ ਲੈਣ ਦੇਣ ਨਵਾਂ ਬਣਾ ਕਰਨਾ ਹੁੰਦਾ ਵਾ, ਸੈਲੋ ਵਾਲੇ ਜਿਹੜੇ ਆ ਉਹਨਾਂ ਨੇ ਲੈਣ ਦੇਣ ਨਹੀਂ ਕਰਨਾ, ਛੋਟਾ ਜ਼ਿਮੀਂਦਾਰ ਹੀ ਖਤਮ ਹੋ ਜਾਏਗਾ। ਜੇ ਤੁਹਾਨੂੰ ਦੱਸਦਾ ਹਾਂ ਕਿ ਜੇ ਮੰਡੀ ਸਿਸਟਮ ਖਤਮ ਹੋ ਜਾਂਦਾ ਤਾਂ 2-4 ਕਿੱਲੇ ਵਾਲਾ ਜ਼ਿਮੀਂਦਾਰ ਆ ਉਹ ਵੀ ਖਤਮ ਹੋ ਜਾਂਦਾ। ਇਹ ਜਿਹੜਾ ਗੁਰਦਾਸਪੁਰ ਉਹ ਫੈਸਲਾ ਸੀ ਤੇ ਆਉਣ ਵਾਲੇ ਸਮੇਂ 'ਚ ਸਾਡੀ ਇੱਕ ਸੁਰਤਾ ਦੇ ਨਾਲ ਅਸੀਂ ਇਹਨਾਂ ਨੂੰ ਸਵਾਲ ਵੀ ਪੁੱਛਾਂਗੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਆਧਾਰ 'ਤੇ।